ਅੱਜ ਆਪਾਂ ਤੁਹਾਡਾ ਦੂਸਰਾ ਲੈਸਨ ਸ਼ੁਰੂ ਕਰਨ ਜਾ ਰਹੇ ਹਾਂ ਪੰਜਾਬ ਦੇ ਇਤਿਹਾਸ ਦੇ ਸੋਮੇ। ਹੁਣ ਇਤਿਹਾਸ ਦੇ ਸੋਮੇ ਕੀ ਹੁੰਦੇ ਨੇ? ਉਹ ਚੀਜ਼ਾਂ ਜਿਨ੍ਹਾਂ ਤੋਂ ਸਾਨੂੰ ਇਤਿਹਾਸ ਦੀ ਜਾਣਕਾਰੀ ਮਿਲਦੀ ਹੈ ਉਹਨਾਂ ਨੂੰ ਆਪਾਂ ਇਤਿਹਾਸ ਦੇ ਸੋਮੇ ਕਹਿੰਦੇ ਹਾਂ। ਇਹ ਚੀਜ਼ਾਂ ਕਿਹੜੀਆਂ ਕਿਹੜੀਆਂ ਹੋ ਸਕਦੀਆਂ? ਕਿਤਾਬਾਂ ਹੋ ਸਕਦੀਆਂ, ਇਮਾਰਤਾਂ ਹੋ ਸਕਦੀਆਂ, ਇਸ ਤੋਂ ਇਲਾਵਾ ਸਾਹਿਤ ਦੇ ਹੋਰ ਕਈ ਚੀਜ਼ਾਂ ਹੋ ਸਕਦੀਆਂ, ਨਾਟਕ, ਨਾਵਲ, ਹਰ ਇੱਕ ਚੀਜ਼ ਆਪਾਂ ਇਹਦੇ ਇਤਿਹਾਸ ਦੇ ਸੋਮਿਆਂ ਵਿੱਚ ਕਰ ਸਕਦੇ ਹਾਂ। ਸਿੱਕੇ ਹੋ ਸਕਦੇ ਨੇ, ਇਸ ਤੋਂ ਇਲਾਵਾ ਸਰਕਾਰੀ ਚਿੱਠੀਆਂ ਛਪੀਆਂ, ਉਸ ਸਮੇਂ ਦੀਆਂ ਛਪੀਆਂ ਹੋਈਆਂ ਅਖਬਾਰਾਂ, ਇਹ ਸਾਰੀਆਂ ਇਤਿਹਾਸ ਦੇ ਸੋਮਿਆਂ ਦੇ ਵਿੱਚ ਆਉਂਦੀਆਂ। ਹੁਣ ਆਪਾਂ ਗੱਲ ਕਰਨੀ ਹੈ ਕਿ ਪੰਜਾਬ ਦੇ ਇਤਿਹਾਸ ਦੇ ਕਿਹੜੇ ਸੋਮੇ ਨੇ। ਪੰਜਾਬ ਦਾ ਜਿਹੜਾ ਇਤਿਹਾਸ ਹੈ ਉਹ ਸਾਨੂੰ ਮੁੱਖ ਰੂਪ ਦੇ ਵਿੱਚ ਕਿਤਾਬਾਂ, ਇਮਾਰਤਾਂ ਅਤੇ ਇਸ ਤੋਂ ਇਲਾਵਾ ਸਿੱਕਿਆਂ ਤੇ ਰਿਕਾਰਡਾਂ ਤੋਂ ਪ੍ਰਾਪਤ ਹੁੰਦਾ ਹੈ। ਉਹਦੇ ਬਾਰੇ ਅਸੀਂ ਡਿਟੇਲ ਦੇ ਵਿੱਚ ਬਾਅਦ ਵਿੱਚ ਜਾਵਾਂਗੇ। ਪਹਿਲਾਂ ਅਸੀਂ ਗੱਲ ਕਰਾਂਗੇ ਕਿ ਪੰਜਾਬ ਦਾ ਇਤਿਹਾਸ ਲਿਖਣ ਦੇ ਵਿੱਚ ਜਾਂ ਪੜ੍ਹਨ ਦੇ ਵਿੱਚ ਸਾਨੂੰ ਸਮੱਸਿਆਵਾਂ ਕੀ ਆਉਂਦੀਆਂ। ਪੰਜਾਬ ਦਾ ਜਿਹੜਾ ਇਤਿਹਾਸ ਹੈ ਉਹਦੇ ਲਈ ਸਾਡਾ ਸਭ ਤੋਂ ਵੱਡਾ ਸੋਮਾ ਜਿਹੜਾ ਹੈ ਉਹ ਹੈ ਧਾਰਮਿਕ ਸਾਹਿਤ। ਧਾਰਮਿਕ ਸਾਹਿਤ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੁੰਦੀ ਹੈ ਕਿ ਆਮ ਤੌਰ ਤੇ ਜ਼ਿਆਦਾਤਰ ਜਿਹੜੇ ਇਤਿਹਾਸ ਦੇ ਸਰੋਤ ਹੁੰਦੇ ਨੇ ਜਾਂ ਜ਼ਿਆਦਾਤਰ ਜਿਹੜੀਆਂ ਧਾਰਮਿਕ ਪੁਸਤਕਾਂ ਲਿਖੀਆਂ ਜਾਂਦੀਆਂ ਉਹਨਾਂ ਵਿੱਚ ਮਿਥਿਹਾਸਕ ਗੱਲਾਂ ਨੂੰ ਵੀ ਸ਼ਾਮਿਲ ਕਰ ਦਿੱਤਾ ਜਾਂਦਾ। ਦੂਸਰੀ ਚੀਜ਼, ਜਿਹੜਾ ਧਾਰਮਿਕ ਸਾਹਿਤ ਹੁੰਦਾ ਉਹ ਇਤਿਹਾਸਕ ਦ੍ਰਿਸ਼ਟੀ ਤੋਂ ਨਹੀਂ ਲਿਖਿਆ ਜਾਂਦਾ। ਉਹਦੇ ਵਿੱਚ ਤਰੀਕਾਂ ਦਾ, ਵਿਅਕਤੀਆਂ ਦੇ ਨਾਵਾਂ ਦਾ ਬਹੁਤ ਭੁਲੇਖਾ ਰਹਿ ਜਾਂਦਾ। ਇਹਦੇ ਤੋਂ ਇਲਾਵਾ ਕਈ ਜਾਣਕਾਰੀਆਂ ਜ਼ਰੂਰੀ ਜਿਹੜੀਆਂ ਹੁੰਦੀਆਂ ਇਤਿਹਾਸਕ ਦ੍ਰਿਸ਼ਟੀ ਤੋਂ ਉਹ ਧਾਰਮਿਕ ਸਾਹਿਤ ਤੋਂ ਸਾਨੂੰ ਪ੍ਰਾਪਤ ਨਹੀਂ ਹੁੰਦੀਆਂ। ਪੰਜਾਬ ਦੇ ਇਤਿਹਾਸ ਦੇ ਸੰਬੰਧ ਵਿੱਚ ਸਾਨੂੰ ਦੂਜੀ ਸਮੱਸਿਆ ਆਉਂਦੀ ਹੈ, ਪੱਖਪਾਤਪੂਰਨ ਵਿਚਾਰ। ਜਿਹੜਾ ਪੰਜਾਬ ਦਾ ਸਾਹਿਤ ਹੈ ਜਿਹੜਾ ਪੁਰਾਣੇ ਸਮਿਆਂ ਦੇ ਵਿੱਚ ਲਿਖਿਆ ਗਿਆ, 15ਵੀਂ ਸਦੀ, 16ਵੀਂ ਸਦੀ, 17ਵੀਂ ਸਦੀ ਜਾਂ 18ਵੀਂ ਸਦੀ, ਇਹ ਜ਼ਿਆਦਾਤਰ ਮੁਸਲਮਾਨ ਲਿਖਾਰੀਆਂ ਦੁਆਰਾ ਲਿਖਿਆ ਗਿਆ ਸੀ। ਇਹਨਾਂ ਵਿੱਚੋਂ ਕਾਫੀ ਸਾਰੇ ਐਸੇ ਲਿਖਾਰੀ ਸਨ ਜਿਹੜੇ ਸਿੱਖਾਂ ਨੂੰ ਪਸੰਦ ਨਹੀਂ ਕਰਦੇ ਸਨ, ਇਸ ਲਈ ਜਿਹੜਾ ਉਹਨਾਂ ਦੀ ਲਿਖਿਆ ਹੋਇਆ ਇਤਿਹਾਸ ਸੀ ਜਾਂ ਉਹਨਾਂ ਦੀਆਂ ਪੁਸਤਕਾਂ ਜਿਹੜੀਆਂ ਲਿਖੀਆਂ ਗਈਆਂ ਉਹਦੇ ਵਿੱਚ ਪੰਜਾਬੀਆਂ ਦੇ ਨਾਲ, ਸਿੱਖਾਂ ਦੇ ਨਾਲ ਖਾਸ ਕਰਕੇ ਕਾਫੀ ਪੱਖਪਾਤ ਕੀਤਾ ਗਿਆ, ਕਾਫੀ ਸਾਰੇ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਜਿਹੜਾ ਤੀਸਰੀ ਸਮੱਸਿਆ ਸਾਨੂੰ ਇਹ ਆਉਂਦੀ ਹੈ ਕਿ ਯੁੱਧ ਜਿਹੜੇ ਲਗਾਤਾਰ ਹੁੰਦੇ ਸਨ, ਪੰਜਾਬ ਦੇ ਵਿੱਚ ਕਾਫੀ ਯੁੱਧ ਹੋਏ। ਜਿਹੜੇ ਪਿਛਲੇ ਲੈਸਨ ਦੇ ਵਿੱਚ ਤੁਸੀਂ ਪੜ੍ਹਿਆ ਕਿ ਪੰਜਾਬ ਭਾਰਤ ਦਾ ਪ੍ਰਵੇਸ਼ ਦੁਆਰ ਹੈ, ਹਰ ਇੱਕ ਹਮਲਾਵਰ ਜਦੋਂ ਪੰਜਾਬ ਦੇ ਵਿੱਚ ਦਾਖਲ ਹੁੰਦਾ ਸੀ ਤੇ ਉਹ ਪੰਜਾਬ ਦੇ ਲੋਕਾਂ ਦੇ ਨਾਲ ਉਹਨੂੰ ਯੁੱਧ ਕਰਨਾ ਪੈਂਦਾ ਸੀ। ਇਹਨਾਂ ਯੁੱਧਾਂ ਕਾਰਨ ਜਿਹੜੇ ਪੰਜਾਬੀ ਲੋਕ ਸੀ ਉਹ ਜ਼ਿਆਦਾ ਸਮਾਂ, ਉਹਨਾਂ ਦੇ ਜੀਵਨ ਦਾ ਜ਼ਿਆਦਾ ਸਮਾਂ ਲੜਾਈਆਂ ਦੇ ਵਿੱਚ ਹੀ ਬੀਤਿਆ, ਉਹਨਾਂ ਨੂੰ ਆਪਣਾ ਇਤਿਹਾਸ ਲਿਖਣ ਲਈ ਸਮਾਂ ਨਹੀਂ ਮਿਲਿਆ। ਇਸ ਤੋਂ ਇਲਾਵਾ ਇੱਕ ਹੋਰ ਵੱਡੀ ਸਮੱਸਿਆ ਸੀ ਵਿਦੇਸ਼ੀਆਂ ਦੇ ਹਮਲੇ। ਵਿਦੇਸ਼ੀ ਹਮਲੇ ਇਸੇ ਪੁਆਇੰਟ ਦੇ ਨਾਲ ਜੇ ਯੁੱਧਾਂ ਵਾਲੇ ਦੇ ਨਾਲ ਕੋਆਰਡੀਨੇਟ ਕਰੀਏ ਤੇ ਉਸੇ ਗੱਲ ਤੇ ਦੁਬਾਰਾ ਜਾਵਾਂਗੇ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਵਿਦੇਸ਼ੀ ਹਮਲੇ ਹੁੰਦੇ ਸੀ। ਇਹ ਜਿਹੜੇ ਵਿਦੇਸ਼ੀ ਹਮਲਾਵਰ ਆਉਂਦੇ ਸੀ ਇਹ ਪੰਜਾਬ ਦੇ ਵਿੱਚ ਆਮ ਤੌਰ ਤੇ ਜਿਹੜੇ ਦੋ ਰੀਜ਼ਨਾਂ ਕਰਕੇ ਆਉਂਦੇ ਸੀ। ਪਹਿਲਾ ਰੀਜ਼ਨ ਹੁੰਦਾ ਸੀ ਕਿ ਉਹ ਪੰਜਾਬ ਦੇ ਵਿੱਚ ਆਪਣੇ ਧਰਮ ਦਾ ਪ੍ਰਚਾਰ ਕਰਨਾ ਚਾਹੁੰਦੇ ਨੇ, ਦੂਜਾ ਉਹ ਪੰਜਾਬ ਦੇ ਵਿੱਚੋਂ ਧਨ ਦੀ ਲੁੱਟਮਾਰ ਕਰਨਾ ਚਾਹੁੰਦੇ ਨੇ। ਇਹਦੇ ਵਿੱਚ ਉਹ ਕੀ ਕਰਦੇ ਸਨ, ਉਹ ਆਮ ਤੌਰ ਤੇ ਦੂਜੇ ਧਰਮਾਂ ਨੂੰ ਪਸੰਦ ਨਹੀਂ ਕਰਦੇ ਸਨ, ਉਹ ਆਉਂਦਿਆਂ ਦੂਜੇ ਧਰਮਾਂ ਦੀਆਂ ਇਤਿਹਾਸਕ ਇਮਾਰਤਾਂ ਨੂੰ ਨਸ਼ਟ ਕਰ ਦਿੰਦੇ ਸਨ, ਜਿਹਦੇ ਕਰਕੇ ਕਾਫੀ ਸਾਰਾ ਜਿਹੜਾ ਧਾਰਮਿਕ ਸਾਹਿਤ ਸੀ ਉਹ ਵੀ ਨਸ਼ਟ ਹੋ ਜਾਂਦਾ ਸੀ।
ਇਸੇ ਪ੍ਰਕਾਰ ਕਾਫੀ ਸਾਰੀਆਂ ਧਾਰਮਿਕ ਇਮਾਰਤਾਂ ਤਾਂ ਉਹਨਾਂ ਵਿਚਲਾ ਧਾਰਮਿਕ ਸਾਹਿਤ, ਇਹਦੇ ਤੋਂ ਇਲਾਵਾ ਹੋਰ ਕਾਫੀ ਸਾਰਾ ਜਿਹੜਾ ਇਮਾਰਤਾਂ ਜਿਹੜੀਆਂ ਸਰਕਾਰੀ ਇਮਾਰਤਾਂ ਉਹਨਾਂ ਦਾ ਨੁਕਸਾਨ ਕੀਤਾ ਜਾਂਦਾ ਸੀ, ਜਿਹੜੀਆਂ ਸਾਡੇ ਲਈ ਇਤਿਹਾਸ ਦਾ ਬਹੁਤ ਵਧੀਆ ਸਰੋਤ ਸਾਬਿਤ ਹੋ ਸਕਦੀਆਂ ਸਨ। ਅੱਗੇ ਗੱਲ ਕਰਦੇ ਹਾਂ ਸਾਡੇ ਅਗਲੇ ਕਾਰਨ ਦੀ। ਅਗਲਾ ਕਾਰਨ ਜਿਹੜਾ ਹੈ ਦੇਸ਼ ਦੀ ਵੰਡ। ਜਦੋਂ ਦੇਸ਼ ਦੀ ਵੰਡ ਹੋਈ ਤਾਂ ਬਹੁਤ ਸਾਰੇ ਲੋਕ, ਲੱਖਾਂ ਦੇ ਹਿਸਾਬ ਤੇ ਲੋਕਾਂ ਨੂੰ ਪ੍ਰਵਾਸ ਕਰਨਾ ਪਿਆ। ਇੱਥੋਂ ਦੇ ਲੋਕ ਪਾਕਿਸਤਾਨ ਚਲੇ ਗਏ, ਪਾਕਿਸਤਾਨ ਦੇ ਲੋਕ ਇੱਥੇ ਆ ਗਏ। ਇਸ ਸਮੇਂ ਦੇ ਵਿੱਚ ਜਿਹੜਾ ਇਤਿਹਾਸਕ ਸਰੋਤਾਂ ਦਾ ਬਹੁਤ ਨੁਕਸਾਨ ਹੋਇਆ, ਕਿਉਂਕਿ ਜਿਹੜੇ ਲੋਕਾਂ ਨੇ ਦੌੜਨਾ ਹੁੰਦਾ ਸੀ ਜਾਂ ਜਿਹੜੇ ਲੋਕਾਂ ਨੇ ਪ੍ਰਵਾਸ ਕਰਨਾ ਹੁੰਦਾ ਸੀ ਉਹਦੇ ਲਈ ਜ਼ਰੂਰੀ ਹੁੰਦਾ ਸੀ ਕਿ ਜ਼ਰੂਰੀ ਜ਼ਰੂਰੀ ਚੀਜ਼ਾਂ ਨਾਲ ਲੈ ਕੇ ਜਾਈਏ। ਉਹ ਆਪਣੀ ਜ਼ਰੂਰਤ ਦੀਆਂ ਚੀਜ਼ਾਂ ਲੈ ਕੇ ਗਏ, ਉਹ ਆਪਣੀਆਂ ਪੁਸਤਕਾਂ ਨਹੀਂ ਲਿਜਾ ਸਕੇ ਜਿਹੜੀਆਂ ਬਾਅਦ ਦੇ ਵਿੱਚ ਰੁਲ ਗਈਆਂ। ਇਸੇ ਤਰ੍ਹਾਂ ਜਿਹੜਾ ਕਾਫੀ ਸਾਰੀਆਂ ਦੇਸ਼ ਦੀ ਵੰਡ ਕਾਰਨ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਉਹ ਉਹਨਾਂ ਨੂੰ ਪ੍ਰਿਜ਼ਰਵ ਨਹੀਂ ਕੀਤਾ ਜਾ ਸਕਿਆ। ਬਹੁਤ ਸਾਰੀਆਂ ਇਮਾਰਤਾਂ ਦਾ ਨੁਕਸਾਨ ਉਸ ਸਮੇਂ ਵਿੱਚ ਹੋ ਗਿਆ। ਇਸੇ ਤਰ੍ਹਾਂ ਜਿਹੜਾ ਸਾਡਾ ਅਗਲਾ ਕਾਰਨ ਹੈ ਉਹ ਹੈ ਮੁਗਲਾਂ ਦਾ ਪ੍ਰਭਾਵ। ਪੰਜਾਬ ਤੇ ਲੰਬਾ ਸਮਾਂ ਮੁਗਲਾਂ ਨੇ ਰਾਜ ਕੀਤਾ ਹੈ। ਹੁਣ ਇਹ ਜਿਹੜੇ ਉਸ ਸਮੇਂ ਦੇ ਇਤਿਹਾਸਕਾਰ ਸਨ ਉਹਨਾਂ ਨੂੰ ਮੁਗਲਾਂ ਦੁਆਰਾ ਸਰਪ੍ਰਸਤੀ ਪ੍ਰਾਪਤ ਹੁੰਦੀ ਸੀ। ਮੁਗਲ ਉਹਨਾਂ ਨੂੰ ਗੁਜ਼ਾਰੇ ਲਈ ਤਨਖਾਹਾਂ ਦਿੰਦੇ ਸਨ ਜਾਂ ਹੋਰ ਤੋਹਫੇ ਵਗੈਰਾ ਦਿੰਦੇ ਸਨ, ਜਿਹਦੇ ਕਰਕੇ ਉਹਨਾਂ ਦੀਆਂ ਲਿਖਤਾਂ ਦੇ ਉੱਪਰ ਉਹਨਾਂ ਦੀ ਮਜਬੂਰੀ ਬਣ ਜਾਂਦੀ ਸੀ ਕਿ ਉਹ ਮੁਗਲ ਸ਼ਾਸਕਾਂ ਨੂੰ ਖੁਸ਼ ਰੱਖਣ, ਏਦਾਂ ਦਾ ਕੁਛ ਨਾ ਲਿਖਣ ਜਿਹੜਾ ਉਹਨਾਂ ਦੇ ਖਿਲਾਫ ਜਾਂਦਾ ਹੋਵੇ। ਇਸ ਤੋਂ ਇਲਾਵਾ ਜਿਹੜਾ ਉਹਨਾਂ ਮੁਗਲ ਲਿਖਾਰੀਆਂ ਦੀ ਜਿਹੜੀ ਵਿਚਾਰਧਾਰਾ ਵੀ ਮੁਗਲਾਂ ਵਾਲੀ ਸੀ। ਇਸ ਕਰਕੇ ਜੇ ਅਸੀਂ ਪੁਰਾਣਾ ਸਾਹਿਤ ਦੇਖੀਏ, ਪੁਰਾਣੇ ਸਮੇਂ ਦਾ ਮੱਧਕਾਲ ਦਾ 16ਵੀਂ 17ਵੀਂ ਸਦੀ ਦਾ ਜੇ ਸਾਹਿਤ ਵੇਖੀਏ ਤੇ ਉਹਦੇ ਵਿੱਚ ਮੁਗਲ ਪ੍ਰਭਾਵ ਸਾਫ ਨਜ਼ਰ ਆਉਂਦਾ। ਤੇ ਸਾਡਾ ਜਿਹੜਾ ਸਭ ਤੋਂ ਲਾਸਟ ਪੁਆਇੰਟ ਹੈ ਉਹ ਹੈ ਅਣਘੋਖੇ ਇਤਿਹਾਸਕ ਸਰੋਤ। ਬਹੁਤ ਸਾਰੇ ਇਤਿਹਾਸ ਦੇ ਸੋਮੇ ਐਸੇ ਨੇ ਜਿਨ੍ਹਾਂ ਨੂੰ ਦੇਖਿਆ ਹੀ ਨਹੀਂ ਜਾ ਸਕਿਆ, ਕਿਉਂਕਿ ਜਿਹੜਾ ਸਮਾਂ 16ਵੀਂ ਸਦੀ ਵਾਲਾ ਸਮਾਂ, 15ਵੀਂ 16ਵੀਂ 17ਵੀਂ ਸਦੀ ਦੇ ਵਿੱਚ ਜੇ ਅਸੀਂ ਜਾਈਏ, ਈਵਨ 18ਵੀਂ ਸਦੀ ਦੀ ਸ਼ੁਰੂਆਤ ਪਹਿਲਾ ਅੱਧ ਜੇ ਅਸੀਂ ਦੇਖ ਲਈਏ ਤੇ ਉਹਦੇ ਵਿੱਚ ਕਾਫੀ ਸਾਰਾ ਇਤਿਹਾਸਕ ਸਰੋਤ ਇਹੋ ਜਿਹੇ ਸਨ ਜਿਹੜੇ ਕੁਛ ਲੋਕਾਂ ਦੇ ਹੱਥੀ ਆਏ ਤੇ ਉਹਨਾਂ ਨੂੰ ਬਾਅਦ ਦੇ ਵਿੱਚ ਉਹ ਆਮ ਲੋਕਾਂ ਤੱਕ ਪਹੁੰਚ ਹੀ ਨਹੀਂ ਸਕੇ। ਜਿਵੇਂ ਅਸੀਂ ਜੇ ਗੁਰਦੁਆਰਾ ਸੁਧਾਰ ਲਹਿਰ ਦੀ ਗੱਲ ਕਰੀਏ ਤੇ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ਿਆਂ ਵਿੱਚੋਂ ਛੁਡਵਾਇਆ ਗਿਆ ਤੇ ਇਹ ਕਾਫੀ ਸਾਰੇ ਮਹੰਤ ਸੀ ਉਹ ਆਪਣੇ ਨਾਲ ਕਈ ਧਾਰਮਿਕ ਪੁਸਤਕਾਂ ਨੂੰ, ਹੋਰ ਧਾਰਮਿਕ ਸਰੋਤਾਂ ਨੂੰ ਨਾਲ ਲੈ ਗਏ, ਕਈ ਇਤਿਹਾਸਕ ਵਸਤੂਆਂ ਨੂੰ ਨਾਲ ਲੈ ਗਏ ਜਿਨ੍ਹਾਂ ਕੋਲੋਂ ਵਾਪਸ ਨਹੀਂ ਲਈਆਂ ਜਾ ਸਕੀਆਂ। ਇਸੇ ਤਰ੍ਹਾਂ ਮਿਸਲਾਂ ਦੇ ਸਮੇਂ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਚਿੱਠੀਆਂ ਜਿਹੜੀਆਂ ਪੋਸਟ ਅਲੱਗ ਅਲੱਗ ਮਹਾਰਾਜਾ ਸਾਹਿਬ ਭੇਜਦੇ ਸਨ ਦੂਜੇ ਰਾਜਿਆਂ ਨੂੰ, ਇਸੇ ਤਰ੍ਹਾਂ ਪਾਕਿਸਤਾਨ ਦੇ ਵਿੱਚ ਜਿਹੜੇ ਸਾਡੇ ਇਤਿਹਾਸਕ ਇਮਾਰਤਾਂ ਪਈਆਂ ਉਹਨਾਂ ਨੂੰ, ਉਹ ਕਾਫੀ ਸਾਰੀਆਂ ਚੀਜ਼ਾਂ ਐਸੀਆਂ ਜਿਹੜੀਆਂ ਅਣਘੋਖੀਆਂ ਪਈਆਂ ਜਿਨ੍ਹਾਂ ਦੇ ਸੰਬੰਧ ਵਿੱਚ ਅਸੀਂ ਕੁਛ ਨਹੀਂ ਕਰ ਸਕਦੇ ਜਾਂ ਬਹੁਤ ਥੋੜਾ ਜਿਨ੍ਹਾਂ ਤੱਕ ਸਾਡੀ ਪਹੁੰਚ ਹੀ ਨਹੀਂ ਹੈ ਜਾਂ ਬਹੁਤ ਥੋੜੀ ਪਹੁੰਚ ਹੈ, ਉਹਨਾਂ ਇਤਿਹਾਸਕ ਸੋਮਿਆਂ ਨੂੰ ਅਜੇ ਤੱਕ ਪੜ੍ਹਿਆ ਨਹੀਂ ਜਾ ਸਕਿਆ। ਇਹ ਸਾਡੀਆਂ ਸਮੱਸਿਆਵਾਂ ਸਨ
ਜਿਹੜੀਆਂ ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਸਨ। ਇਹ ਸਾਨੂੰ ਦੋ ਤਰ੍ਹਾਂ ਦੇ ਨਾਲ ਇਹ ਪ੍ਰਸ਼ਨ ਪੁੱਛ ਲਿਆ ਜਾਂਦਾ ਹੈ, 5 ਅੰਕਾਂ ਵਿੱਚ ਵੀ ਪੁੱਛ ਲਿਆ ਜਾਂਦਾ ਹੈ, 3 ਅੰਕਾਂ ਵਿੱਚ ਵੀ ਪੁੱਛ ਲਿਆ ਜਾਂਦਾ ਹੈ। ਜੇਕਰ 5-9 ਅੰਕਾਂ ਦੇ ਵਿੱਚ ਇਹ ਪ੍ਰਸ਼ਨ ਸਾਨੂੰ ਆ ਜਾਵੇ ਤੇ ਅਸੀਂ 7 ਦੇ ਵਿੱਚੋਂ ਕੋਈ 6 ਪੁਆਇੰਟ ਇਸੇ ਤਰ੍ਹਾਂ ਹੈਡਿੰਗ ਬਣਾ ਕੇ ਲਿਖ ਦਈਏ ਤੇ ਸਾਨੂੰ 5 ਨੰਬਰ ਪੂਰੇ ਆ ਜਾਣਗੇ। ਜੇ ਸਾਨੂੰ ਇਹੋ ਹੀ ਪ੍ਰਸ਼ਨ 3 ਨੰਬਰ ਦੇ ਵਿੱਚ ਆਉਂਦਾ ਹੈ ਤੇ ਆਪਾਂ ਇਹਨਾਂ ਸਾਰੇ ਹੈਡਿੰਗਸ ਨੂੰ ਇੱਕ ਇੱਕ ਲਾਈਨ ਦੇ ਵਿੱਚ ਹੈਡਿੰਗ ਨਾ ਅਸੀਂ ਦਈਏ 3 ਨੰਬਰ ਵਾਲੇ ਪ੍ਰਸ਼ਨ ਦੇ ਵਿੱਚ, ਸਿੱਧਾ ਅਸੀਂ 6 ਲਾਈਨਾਂ ਇਹਦੀਆਂ ਲਿਖ ਦਈਏ ਤੇ ਸਾਨੂੰ 3 ਦੇ ਵਿੱਚੋਂ 3 ਨੰਬਰ ਪੂਰੇ ਆ ਜਾਣਗੇ। ਉਮੀਦ ਹੈ ਤੁਹਾਨੂੰ ਸਾਡੀਆਂ ਇਤਿਹਾਸਕ ਪੰਜਾਬ ਦੇ ਇਤਿਹਾਸ ਨੂੰ ਪੜ੍ਹਨ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਚੰਗੀ ਤਰ੍ਹਾਂ ਸਮਝ ਆ ਗਈਆਂ ਹੋਣਗੀਆਂ। ਜੇਕਰ ਕਿਸੇ ਪ੍ਰਕਾਰ ਦਾ ਕੋਈ ਕਨਫਿਊਜ਼ਨ ਹੁੰਦਾ ਹੈ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ। ਅਗਲੀ ਵੀਡੀਓ ਲੈ ਕੇ ਜਲਦੀ ਹੀ ਮਿਲਦੇ ਹਾਂ, ਆਗਿਆ ਦਿਓ, ਧੰਨਵਾਦ।